ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਮੈਂ ਅਮਨਦੀਪ ਸਾਹਿਬ ਉਮੀਦ ਕਰਨਾ ਤੁਸੀਂ ਠੀਕ ਠਾਕ ਹੋਵੋਗੇ ਭਾਈਆ ਕੱਲ ਜਰਨਾ ਈਦ ਏ ਤੇ ਅੱਜ ਜਿਹੜਾ ਵੱਛਾ ਲੱਭਣ ਚੱਲੇ ਆ ਸਾਡੇ ਇੱਕ ਬੜੇ ਪਿਆਰੇ ਦੋਸਤ ਨੇ ਸਿਆਲਕੋਟ ਉਹਨਾਂ ਜਿਹੜਾ ਵੱਛਾ ਲੈਣਾ ਸੀ ਤੇ ਉਹ ਆਏ ਸਨ ਇੱਥੇ ਸਾਡੇ ਇਲਾਕੇ ਵਾਲੇ ਦੱਸਿਆ ਕਿ ਤੁਸੀਂ ਸਾਡੇ ਘਰ ਆਓ ਉਦੋਂ ਬਾਅਦ ਅਸੀਂ ਤੁਹਾਨੂੰ ਵੱਛਾ ਲੱਭ ਕੇ ਦਿਆਂਗੇ ਉਹ ਆਏ ਬੈਠੇ ਆ ਪਾਣੀ ਸ਼ਾਨੀ ਪੀਤਾ ਉਦੋਂ ਬਾਅਦ ਹੁਣ ਚੱਲੇ ਆ ਵੱਛਾ ਲੈਣ ਤੇ ਅਸੀਂ ਇੱਕ ਬੰਦਾ ਬੜਾ ਹੀ ਕਾਰੀਗਰ ਨਾਲ ਲਿਆ ਵੱਛੇ ਲੈਣ ਵਾਲਾ ਸਾਡਾ ਸੂਬੇਦਾਰ ਕੀ ਹਾਲ ਬਾਤ ਹੈ ਸਿਆ ਆਹ ਦੁਆ ਕਰੋ ਕੋਈ ਸੋਹਣਾ ਜਿਹਾ ਪਿਆਰਾ ਜਿਹਾ ਵੱਛਾ ਲੱਭੇ ਸਾਡੇ ਮਹਿਮਾਨ ਆਏ ਨੇ ਉਹਨਾਂ ਨੂੰ ਕੋਈ ਪਿਆਰਾ ਜਿਹਾ ਵੱਛਾ ਲਾ ਕੇ ਦਈਏ ਸੂਬੇਦਾਰ ਵਰਗਾ ਯਾਦ ਕਰਨ ਲਾਣਾ ਵੱਛਾ ਲਾ ਕੇ ਦੇਣਾ ਲਾਣਾ ਆਏ ਹਾਏ ਆਏ ਹਾਏ ਜਾਣ ਦਿਓ ਜੀ ਗੱਡੀ ਫਿਰ ਸਿੱਧੀ ਜਾ ਰਹੀ ਹੈ ਜੀ ਜਾਣਾ ਕਿੱਥੇ ਚਾਚਾ ਪਹਿਲਾਂ ਅਸੀਂ ਜਿਹੜਾ ਨਾ ਆਪਣੇ ਦੋਸਤਾਂ ਨੂੰ ਇਹ ਕਹਿ ਕੇ ਸੱਦਿਆ ਸੋਹਣਾ ਵੱਛਾ ਲੈ ਕੇ ਜਾਵਾਂਗੇ ਤੇ ਜੇ ਹੁਣ ਜੇ ਸੋਹਣਾ ਵੱਛਾ ਨਾ ਲੱਭੇ ਸਸਤਾ ਵੱਛਾ ਨਾ ਲੱਭੇ ਤੇ ਜੇ ਤੇ ਫਿਰ ਸੂਬੇਦਾਰ ਸਾਹਿਬ ਦੀ ਬਿਸਤੀ ਹੈ ਬਿਸਤੀ ਬੜੀ ਤੇ ਖੁੱਲੇ ਆਮ ਬਿਸਤੀ ਹੈ ਲੋਕ ਵੱਛਾ ਨਾ ਲੈਣਾ ਹੋਏ ਤੇ ਫਿਰ ਬੰਦੇ ਕਿਉਂ ਮੰਗਣ ਬੰਦੇ ਕੰਮ ਕਰਦੇ ਨੇ ਅਮਰੀਕਾ ਜਿੱਥੇ ਮਰਜ਼ੀ ਕੰਮ ਕਰਦੇ ਤੇ ਬੁੱਢੀਆਂ ਜਿਹੜੀਆਂ ਨੇ ਉਹ ਨੀ ਸੁੱਟ ਨੀ ਸਕਦੀ ਕੂੜਾ ਵੀ ਕਿਤੇ ਬੁੱਢੀ ਕੋ ਮਾਰ ਨਾ ਘਰ ਘਰੋਂ ਜਾ ਕੇ ਵੱਛੀ ਬੋਤੇ ਪੱਠੇ ਖਾਏ ਭਾਵੇਂ ਥੋੜੇ ਖਾਏ ਭਾਵੇਂ ਲੁੱਡੀਆਂ ਪਾਏ ਤੇ ਭਾਵੇਂ ਨਾ ਪਾਏ ਵੱਛੀ ਵੱਛੀ ਹੁੰਦੀ ਹੈ ਵੱਛੀ ਚਾਰ ਮਣ ਦੀ ਹੋਏਗੀ ਤੇ ਵਿਕੇਗੀ 1.5 ਲੱਖ ਦੀ ਵੱਛਾ 4 ਮਣ ਦਾ ਹੋਏਗਾ ਤੇ 2.5 ਲੱਖ ਦਾ 2 ਉੱਤੇ ਵਿਕੇਗਾ ਇਹਦਾ ਮਤਲਬ ਹੈ ਵੱਛੀ ਵੱਛੀ ਹੁੰਦੀ ਹੈ ਵੱਛੀ ਵੱਛੀ ਹੁੰਦੀ ਵੱਛਾ ਵੱਛਾ ਹੁੰਦਾ ਬੰਦਾ ਬੰਦਾ ਹੁੰਦਾ ਬੁੱਢੀ ਬੁੱਢੀ ਹੁੰਦੀ ਚਾਚੇ ਰਾਜ ਕਰੋ ਜਾ ਕੁੱਟਦਾ ਜਾਣੀ ਅਬੂ ਜੀ ਚਾਚੇ ਨੂੰ ਚੁੱਪ ਕਰਾ ਲਾ ਬਾਅਦ ਚ ਨਾ ਕਿਓ ਮੈਂ ਕਿਹੜਾ ਨਾਲ ਖਾਏ ਕੁੱਟ ਜਾ ਘਰ ਕੋਈ ਗੱਲ ਨੀ ਕੁੱਟ ਪੈਣ ਦੇ ਅੱਜ ਖੈਰ ਬੁੱਢੀ ਬੁੱਢੀ ਹੁੰਦੀ ਹੈ ਬੁੱਢੀ ਬੁੱਢੀ ਹੁੰਦੀ ਹੈ ਏਡੀ ਕਿਹੜੀ ਗੱਲ ਹੈ ਬੰਦਾ ਫੇ ਬੰਦਾ ਬਣੇ ਹੀ ਨਾ ਲੋਕ ਆਖਣ ਨਾ ਮੁੰਡਾ ਜੰਮਿਓ ਫੇ ਕੁੜੀਆਂ ਹੀ ਜੰਮੀ ਜਾਓ ਫੇ ਉਹਨਾਂ ਕੰਮ ਕਰਨਾ ਵੇ ਕਿਉਂ ਕਿ ਵੱਛੀ ਵੱਛੀ ਹੁੰਦੀ ਹੈ ਵੱਛੀ ਵੱਛੀ ਹੁੰਦੀ ਹੈ ਚਾਚਾ ਨਾ ਕੁੱਟ ਪੈਣ ਦਿਓ ਅੱਜ ਚਾਚਾ ਗੱਲ ਕਰਦਾ ਕਰਦਾ ਲੋੜੂ ਸਿੱਧਾ ਕਰਾਜੀ ਤੋੜ ਜਾਂਦਾ ਇੱਕ ਸਮਝ ਨਹੀਂ ਆਈ ਚਾਚਾ ਵੱਛਾ ਵੱਛਾ ਹੁੰਦਾ ਤੇ ਵੱਛੀ ਵੱਛੀ ਹੁੰਦੀ ਹੈ ਹਾਂ ਵੱਛੀ ਵੱਛੀ ਹੁੰਦੀ ਹੈ ਵੱਛੀ ਦਾ ਰੇਟ ਜਿੰਨੀ ਮਰਜ਼ੀ ਤਗੜੀ ਵੱਛੀ ਹੋਏ ਨਾ ਉਹਦਾ ਵੱਛੇ ਨੂੰ ਰੇਟ ਘੱਟ ਹੋਏ ਕਿਉਂ ਭਲਾ ਉਹ ਵੱਛੀ ਹੁੰਦੀ ਕਿਉਂ ਕਿਉਂ ਵੱਛੀ ਹੁੰਦੀ ਹੈ ਵੱਛਾ ਵੱਛਾ ਹੁੰਦਾ ਤੇ ਬੰਦਾ ਬੰਦਾ ਹੁੰਦਾ ਤੇ ਬੰਦਾ ਬੰਦਾ ਹੁੰਦਾ ਬੁੱਢੀ ਬੁੱਢੀ ਹੁੰਦੀ ਵੈਸੇ ਉਹਨੇ ਮੈਂ ਇੱਕ ਹਿਸਾਬ ਲਾਇਆ ਹੈ ਚਾਚਾ ਵੱਛੀ ਵੱਛੀ ਹੁੰਦੀ ਹੈ ਇੱਧਰ ਨੂੰ ਮੁੰਡਾ ਜੇ ਮੁੰਡੇ ਤਾਂ ਜਿਹੜਾ ਨਾ ਉਸਤਾਦ ਜਿਹੜੀ ਆ ਗਏ ਜੇ ਉਸਤਾਦ ਜਿਹੜੇ ਵੀ ਜਿਹੜਾ ਪਹਿਲਾਂ ਮਹਿਮਾਨਾਂ ਨਾਲ ਮਿਲਣ ਜਾਣ ਦੇ ਨੇ ਕਿਉਂਕਿ ਵੱਛੀ ਵੱਛੀ ਹੁੰਦੀ ਹੈ ਵੱਛਾ ਵੱਛਾ ਹੁੰਦਾ ਚਾਚਾ ਵੱਛੀ ਵੱਛੀ ਹੁੰਦੀ ਹੈ ਤੇ ਬੁੱਢੀ ਬੁੱਢੀ ਹੁੰਦੀ ਹੈ ਬੁੱਢੀ ਬੁੱਢੀ ਹੁੰਦੀ ਬੰਦਾ ਬੰਦਾ ਹੁੰਦਾ ਅਸਲਾਮੁਅਲੈਕਮ ਚਾਚਾ ਜੀ ਉਹ ਬਸ਼ੀਰ ਕੋ ਬੱਚੇ ਆ ਜੇ ਸ਼ਬੀਰ ਕੋਲ ਹਾਂਜੀ ਉਹ ਮੇਰੇ ਖਿਆਲ ਨਾਲ ਵੇਚ ਆਏ ਨੇ ਸਿਆਲਕੋਟ ਅੱਜ ਲੈ ਗਏ ਨੇ ਹਾਂਜੀ ਵੇਚ ਵੀ ਆਏ ਨੇ ਉਹ ਵੇਚ ਵੀ ਆਏ ਨੇ
ਚਲੋ ਫਿਰ ਹੁਣ ਚਾਚਾ ਜੀ ਚਲੋ ਚਾਰ ਬੇ ਰੋਡ ਤੇ ਆ ਚਲ ਹੁਣ ਤੇ ਵੇਚਦੇ ਆ ਫਿਰ ਪਰੋਂ ਲੰਘ ਜਾਵਾਂਗੇ ਗਾਹਕ ਬਹੁਤੇ ਹੁੰਦੇ ਨੇ ਤੇ ਇਸ ਵਾਸਤੇ ਪਿੰਡਾਂ ਤੋਂ ਸਾਰੇ ਬੱਚੇ ਤੁਰ ਗਏ ਨੇ ਤੇ ਹੁਣ ਅਸੀਂ ਫਿਰ ਜਾਂਦੇ ਹਾਂ ਮੰਡੀ ਸਿਆਲਕੋਟ ਜਾਂਦੇ ਹਾਂ ਉੱਥੇ ਜਾ ਕੇ ਫਿਰ ਵੇਹਨੇ ਰਾਹ ਚ ਵੇਹਦੇ ਜਾਵਾਂਗੇ ਰਾਹ ਚ ਲੱਭ ਗਿਆ ਠੀਕ ਨੀ ਤੇ ਫਿਰ ਮੰਡੀ ਜਾ ਕੇ ਲੱਭਾਂਗੇ ਕਿਉਂਕਿ ਵੱਛੀ ਵੱਛੀ ਹੁੰਦੀ ਹੈ ਹੁਣ ਸਲਾਹ ਕਰਨ ਡੇ ਨੇ ਖਲੋ ਕੇ ਵੀ ਕਿੱਥੇ ਜਾਣਾ ਕਿੱਥੇ ਨਹੀਂ। ਸਲਾਮੁਅਲੈਕੁਮ ਜੀ ਆਪਣੇ ਦਨਾਨ ਭਾਈ ਦਨਾਨ ਭਾਈ ਦੇ ਵੱਡੇ ਭਾਈ ਕਿਆ ਸਾਡੇ ਉਸਤਾਦ ਜੀ ਉਸਤਾਦ ਸਲਾਮੁਅਲੈਕੁਮ ਉਸਤਾਦ ਜੀ ਮੈਂ ਅੱਜ ਇੱਕ ਸਾਹਿਬ ਲਾਇਆ ਸੂਬੇਦਾਰ ਸਾਹਿਬ ਨੇ ਦੱਸੀ ਗੱਲ ਕਹਿੰਦੇ ਨੇ ਵੱਛਾ ਵੱਛਾ ਹੁੰਦਾ ਵੱਛੀ ਵੱਛੀ ਹੁੰਦੀ ਹੈ ਕੈਸਾ ਹੁਣ ਫਿਰ ਚਲੀਏ ਫਿਰ ਸਿਆਲਕੋਟ ਚਲੋ ਚਾਚੇ ਦੀ ਅੱਖਾਂ ਨਾਲ ਕੱਢ ਛੱਡਿਓ ਚਾਚੇ ਨੂੰ ਫਿਰ ਪਤਾ ਕਿਵੇਂ ਲੱਗੇਗਾ ਮੱਛੀ ਮੱਛੀ ਹੈ ਤੇ ਬੱਚਾ ਬੱਚਾ ਹੈ ਭਈਆ ਇਹਨਾਂ ਵੇਖ ਸ਼ੁਰੂ ਕਰਾਓ ਗੰਭੀਰ ਬੋਲੇ ਚਲੋ ਭਾਈ ਚਲੋ ਚਾਚਾ ਚਾਚਾ ਬੱਚੇ ਕੰਮ ਦੇ ਨੇ ਕਿ ਨਹੀਂ ਇੱਧਰ ਦੱਸ ਲੈ ਪਹਿਲਾਂ ਨਹੀਂ ਚਾਚਾ ਚਾਚੇ ਪਹਿਲੇ ਹੀ ਨਾ ਕਰਤੀ ਬਾਈ ਅਸਲਾਮ ਵਾਲੇਕੁਮ ਭਾਈਆ ਇੱਥੇ ਜਿਹੜੇ ਨਾ ਬੱਚੇ ਛੋਟੇ ਨੇ ਅਦਨਾਨ ਭਾਈ ਕਹਿੰਦੇ ਸਾਨੂੰ ਵੱਡੇ ਬੱਚੇ ਚਾਹੀਦੇ ਨੇ ਤੇ ਹੁਣ ਉਹ ਕਹਿੰਦੇ ਨੇ ਵੀ ਸਾਡੇ ਘਰ ਦੇ ਸਾਹਮਣੇ ਮੰਡੀ ਹੈ ਅਸੀਂ ਉੱਥੇ ਲੈ ਲਾਂਗੇ ਤੁਸੀਂ ਆਪਣੇ ਘਰ ਜਾਓ ਅਸੀਂ ਆਪਣੇ ਘਰ ਜਾਂਦੇ ਹਾਂ ਤੇ ਅਸੀਂ ਉਹਨਾਂ ਤੋਂ ਆਪਣੇ ਘਰ ਚੱਲੇ ਹਾਂ ਭਾਈਆ ਅਸੀਂ ਜਿਹੜਾ ਅਦਨਾਨ ਭਾਈ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਪਿੰਡ ਆਓ ਤੁਹਾਨੂੰ ਪਿੰਡੂ ਬੱਚਾ ਲੈ ਕੇ ਦਿੰਦੇ ਹਾਂ ਸੋਹਣਾ ਬੱਚਾ ਲੈ ਕੇ ਦਿੰਦੇ ਹਾਂ ਪਰ ਸਾਡੇ ਲਾਗੇ ਤਾਂ ਕਿ ਪਿੰਡਾਂ ਵਿੱਚ ਜਿੰਨੇ ਬੱਚੇ ਹਨ ਨਾ ਅੱਜ ਆਖਰੀ ਦਿਨ ਨਾ ਸਾਰਿਆਂ ਨੂੰ ਲੈ ਗਏ ਨੇ ਮੰਡੀ ਤੇ ਉਹਦੇ ਬਾਰੇ ਤਾਂ ਫਿਰ ਬੱਚਾ ਕੋਈ ਵੀ ਨਹੀਂ ਪਿੰਡੂ ਲੱਭਾ ਫਿਰ ਬਾਕੀ ਦਨਾਨ ਭਾਈ ਕਹਿੰਦੇ ਨੇ ਸਾਡੇ ਬੁਵੇ ਅੱਗੇ ਮੰਡੀ ਫਿਰ ਅਸੀਂ ਉੱਥੋਂ ਲੈ ਲਾਂਗੇ ਜੇ ਪਿੰਡੂ ਨਹੀਂ ਲੱਭਾ ਤੇ ਫਿਰ ਹੁਣ ਦਨਾਨ ਭਾਈ ਆਪਣੇ ਘਰ ਵੱਲ ਤੁਰ ਚੱਲੇ ਨੇ ਫਿਰ ਹੁਣ ਆਪਣੇ ਘਰ ਵੱਲ ਚੱਲੀਏ ਵੈਸੇ ਹੁਣ ਅੱਜ ਇੱਕ ਹੀ ਲਮਜ ਇਜ਼ਾਫਾ ਹੋ ਗਿਆ ਇੱਕ ਗੱਲ ਦਾ ਪਤਾ ਲੱਗ ਗਿਆ ਭਾਈਆ ਕੱਲ ਈਦ ਏ ਤੇ ਕੀ ਪਤਾ ਕਿਤੇ ਅੱਗੇ ਪਿੱਛੇ ਨਿਕਲਣਾ ਪਏ ਤੇ ਇਸ ਵਾਸਤੇ ਜਿਹੜਾ ਨਾ ਬੋੜੀ ਰਾਣੀ ਦੀ ਟੈਂਕੀ ਫੁੱਲ ਕਰਾਉਣ ਡੇ ਨੇ ਰਾਣੀ ਦੀ ਟੈਂਕੀ ਫੁੱਲ ਕਰਾ ਕੇ ਫਿਰ ਚੱਲਣੇ ਘਰ ਨੂੰ ਭਾਈਆ ਬੱਚਾ ਤਾਂ ਸਾਨੂੰ ਲੱਭਾ ਕੋਈ ਨੀ ਬਾਕੀ ਅਸੀਂ ਆਪਣੇ ਘਰ ਪਹੁੰਚ ਗਏ ਜੇ ਅੱਜ ਸਾਡਾ ਘਰ ਮਾਸ਼ਾਅੱਲਾ ਸੋਹਣਾ ਜਿਹਾ ਤੇ ਅਸੀਂ ਘਰ ਜਾਵਾਂਗੇ ਖਾਲੀ ਹੱਥ ਨੀ ਗਏ ਅਸੀਂ ਘਰ ਵੇਖ ਲਓ ਇੱਕ ਇਨਫੋਰਮੇਸ਼ਨ ਅਸੀਂ ਲੈ ਗਏ ਹਾਂ ਤੁਹਾਨੂੰ ਵੀ ਪਤਾ ਲੱਗਾ ਕਿ ਨਹੀਂ ਜਿਹੜੀ ਲੱਗਾ ਦੱਸੋ ਫਿਰ ਤਾਂ ਚਾਚੇ ਨੂੰ ਤੁਹਾਡੇ ਕੋਲ ਕੱਲ ਛੱਡਣੇ ਆਂਦੇ ਹੋ ਠੀਕ ਹੈ ਤੈਨੂੰ ਥੋੜਾ ਜਿਹਾ ਕਰਕੇ ਤੈਨੂੰ ਘਰ ਗੱਡੀ ਬਸ ਠੀਕ ਹੈ ਖੁੱਲ ਜਾਂਦਾ ਓਕੇ ਕਰੋ ਲੱਤਾਂ ਸਿੱਧੀਆਂ ਕਰ ਲਓ ਗੱਡੀ ਦੀਆਂ ਆ ਲਓ ਚਾਬੀ
तो ये था हमारा आज का व्लॉग। अगर आपको अच्छा लगा तो इसे लाइक करें, शेयर करें अपने दोस्तों के साथ और हमें कमेंट करके जरूर बताएं मजा आया कि नहीं आया। फिर मिलेंगे नेक्स्ट व्लॉग में। अल्लाह हाफिज़।